फर्स्ट बेडरूम चेक करो, लेटा ही लेटा कुछ नहीं होता हमसे। और चेक करो इधर ओदे ओदे की करदे मोटी हो गई ਆਪਣਾ ਅਪਾਰਟਮੈਂਟ ਆ ਤੇ ਵਿਊ ਚੈੱਕ ਕਰੋ ਤੁਸੀਂ ਸਾਰੇ ਜਣੇ ਇੱਧਰ ਪੂਰਾ ਓਕੇ ਰਿਪੋਰਟ ਵਾਲਾ ਵਿਊ ਆ ਖੁੱਲ੍ਹਾ ਹੀ ਆ ਚਲੋ ਚਲੋ ਅੰਦਰ ਕਿਉਂ ਬਈ ਚਾਚੂ ਆਇਆ ਫਿਰ ਨਜ਼ਾਰਾ ਖੋਲੋ ਖੋਲੋ ਇੱਧਰ ਅਸੀਂ ਰਹਿ ਗਏ ਓਏ ਜ਼ੋਰ ਲਗਾ ਕੇ ਓ ਵਾਓ ਮੈਗੀ ਕਿਆ ਹਾਂਜੀ ਹਾਂਜੀ ਫਸਟ ਬੈਡਰੂਮ ਅਲਮੀਰਾ ਤੇ ਆ ਰੂਮ ਦਾ ਅਟੈਚ ਵਾਸ਼ਰੂਮ ਮੰਮਾ ਯਾਰ ਜਿਹੜਾ ਰੂਮ ਉਹ ਸਾਨੂੰ ਕਿ ਲੱਗਾ ਕੋਈ ਮੈਂ ਆਪਣੇ ਰੂਮ ਨੂੰ ਰੱਖਣਾ ਅਟੈਚ ਵਾਸ਼ਰੂਮ ਸਾਰੇ ਟਾਵਲ ਵਗੈਰਾ ਅੰਦਰ ਪਏ ਚੱਪਲ ਵੀ ਰੱਖੀ ਹੋਈ ਹੈ ਟਾਵਲ ਵਗੈਰਾ ਸਾਰੇ ਅੰਦਰ ਪਏ ਪਰ ਬਾਲਕੋਨੀ ਇਹ ਬਾਲਕੋਨੀ ਆ ਠਾਕੁਰ ਅਪਾਰਟਮੈਂਟ ਹਾਂ ਚਲੋ ਨੈਕਸਟ ਰੂਮ ਚੱਲਦੇ ਹਾਂ ਤੇ ਇੱਧਰ ਦੇਖੋ ਬਈ ਬਹੁਤ ਵਧੀਆ ਤਰ੍ਹਾਂ ਦਾ ਸਮਾਨ ਆ ਸਾਰਾ ਤੇ ਸੈਕੰਡ ਬੈਡਰੂਮ ਆਹ ਥਰਡ ਬੈਡਰੂਮ ਕਿਹੜਾ ਆ ਦੋ ਬੈਡਰੂਮ ਦੋ ਹੀ ਹੋਗਾ ਆਈ ਥਿੰਕ ਸੋ ਹੈਲੋ ਸੈਕੰਡ ਬੈਡਰੂਮ ਅਲਮੀਰਾ ਦੇਖ ਅਲਮੀਰਾ ਕਿੱਥੇ ਰਹਿੰਦੀ ਇਹਦੇ ਵਿੱਚ ਸਰਾਣੇ ਵਗੈਰਾ ਸਾਰਾ ਕੁਝ ਇਹ ਵਾਲਾ ਆਪਾਂ ਦਾ ਆਹ ਵਾਲਾ ਆਪਾਂ ਦਾ ਉਹ ਵਾਲਾ ਕੋਈ ਦੇਤਾ ਆਪਾਂ ਇੱਦਾਂ ਖੋਲਣਾ ਅੰਦਰ ਬੈਡਰੂਮ ਆ ਸੋਫਾ ਸੀਗਾ ਤੈਨੂੰ ਖਿੱਚ ਕੇ ਬੈੱਡ ਬਣ ਗਿਆ ਆ ਅਪਾਰਟਮੈਂਟ ਸਾਰਿਆਂ ਨੂੰ ਵਧੀਆ ਤੇ ਫਸਟ ਕਲਾਸ ਲੱਗ ਚੁੱਕਾ ਆ ਤੇ ਹੁਣ ਸਾਰੇ ਜਣੇ ਹੋ ਰਿਹਾ ਸਾਰੇ ਜਣੇ ਹੋ ਰਿਹਾ ਕੀ ਹੋ ਰਿਹਾ ਰੈਡੀ ਮਤਲਬ ਕਿ ਸਾਰੇ ਜਣੇ ਫਰੈਸ਼ ਹੋ ਰਿਹਾ ਤੇ ਬਾਹਰ ਜਾਵਾਂਗੇ ਘੁੰਮਣ ਫੇਰਨ ਨਹਾ ਨੂ ਕੇ ਬ੍ਰਸ਼ ਵਗੈਰਾ ਕਰਕੇ ਤੇ ਤੁਹਾਨੂੰ ਫੇਰ ਮਿਲਦੇ ਆ ਆਪਾਂ ਸਾਰੇ ਸੋ ਹਾਂਜੀ ਗਾਈਜ਼ ਰੋਟੀ ਆ ਗਈ ਆਪਣੀ ਤੇ ਸਾਰੇ ਜਣੇ ਬਹੁਤ ਥੱਕ ਗਏ ਸੀਗੇ ਰੋਟੀ ਆ ਗਈ ਆ ਤੇ ਕੱਲ੍ਹ ਆਪਾਂ 3 ਵਜੇ ਇੱਥੇ ਪਹੁੰਚੇ ਸੀ ਹੈ ਅਤੇ 3 ਵਜੇ ਤੋਂ ਬਾਅਦ ਸਾਰਿਆਂ ਨੇ ਰੈਸਟ ਕਰਨ ਲੱਗ ਪਏ ਅਤੇ ਕਿਸੇ ਨੂੰ ਜਾਗ ਹੀ ਨਹੀਂ ਆਈ ਸ਼ਾਮੀ ਘੁੰਮਣ ਜਾਣਾ ਸੀਗਾ ਅਤੇ ਹੁਣ ਜਾਗ ਸਾਰਿਆਂ ਨੂੰ ਤਾਂ ਮੇਰਾ ਪੈ ਗਿਆ ਬੂਹਾ ਖੜਕਾਇਆ ਉਹਨਾਂ ਨੇ ਰੋਟੀ ਖਾਣ ਵਾਸਤੇ ਭਾਈ ਜੀ ਨੇ ਅਤੇ ਸਿੱਧਾ ਦੁਪਹਿਰਾਂ ਅਤੇ ਦੁਪਹਿਰ ਹੀ ਕੀਤਾ ਸਾਰੇ ਔਡਰ ਅਤੇ ਹੁਣੇ ਆ ਕੇ ਪਤਾ ਲੱਗਾ ਹੀ ਨਹੀਂ ਕੁਛ ਗੁੱਡ ਮਾਰਨਿੰਗ ਆਪਾਂ ਇਕੱਠੇ ਖਾ ਲਾਂਗੇ ਆਹ ਚੀਜ਼ਾਂ ਮੰਗਾਈਆਂ ਸੀ ਉਹਨਾਂ ਕੋਲੋਂ ਆਪਾਂ ਅਤੇ ਟੇਸਟ ਕਰਕੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਇਹਨਾਂ ਦਾ ਘੁੰਮਣ ਨਹੀਂ ਜਾਣਾ ਲੇਟ ਹੋ ਗਏ ਹੁਣ ਤਾਂ ਬਾਹਰ ਦੇਖੋ ਲੇਟਾਂ ਹੀ ਲੇਟਾਂ ਬਾਹਰ ਚੈੱਕ ਕਰੋ ਬਈ ਜਿਹੜਾ ਤੁਹਾਨੂੰ ਸਵੇਰੇ ਵਿਊ ਦਿਖਾਇਆ ਸੀ ਬਾਲਕੋਨੀ 'ਚੋਂ ਆਪਾਂ ਚੈੱਕ ਕਰੋ ਲੇਟਾਂ ਹੀ ਲੇਟਾਂ ਸਾਰੇ ਬੰਨੇ ਉੱਪਰ ਚੈੱਕ ਕਰੋ ਮੌਸਮ
ਖਤਰਨਾਕ ਵਾਲਾ ਜਾ ਰਿਹਾ ਆਪਾਂ ਕੋਠੇ ਤੇ ਸਾਰੇ ਕੋਠੇ ਤੇ ਪਹਿਲਾਂ ਹੀ ਆ ਤੇ ਮੈਨੂੰ ਆਵਾਜ਼ਾਂ ਮਾਰੀ ਜਾ ਰਹੀ ਸੀਗੀ ਤੇ ਮੈਂ ਮਨਾ ਕਰ ਰਿਹਾ ਸੀਗਾ ਠੰਡ ਬਹੁਤ ਜ਼ਿਆਦਾ ਆ ਪਰ ਗਾਲਾ ਗੋਲਾ ਖਾ ਕੇ ਮੈਨੂੰ ਜਾਣਾ ਪਿਆ ਕਿਉਂਕਿ ਬਾਂਦਰਾਂ ਵਾਲੀ ਆਵਾਜ਼ ਕੱਢੀਆਂ ਨੇ ਯਾਰ ਸ਼ੇਰ ਦੀ ਤਾਂ ਕਈ ਵਾਰ ਲੱਗੀ ਨੀ ਮੈਨੂੰ ਆਵਾਜ਼ ਜਿਹਨੇ ਮੈਂ ਚੱਲਾ ਥੱਲੇ ਪਰ ਠੰਡ ਬੜੀ ਆ ਬੜੀ ਠੰਡਾ ਬੜੀ ਠੰਡਾ ਬੜੀ ਠੰਡਾ ਏ ਚਾਚੂ ਕਿਧਰ ਗਈ ਠੀਕ ਆ ਮੈਂ ਲੈ ਗਿਆ ਕੰਮ ਸਿਲਾਈ ਪੱਟੀ ਛੋਟੀ ਸਿਲਾਈ ਨਾ ਮੈਨੂੰ ਕੁਛ ਨਹੀਂ ਹੋਤਾ ਹਮਸੇ ਅੱਛਾ ਮੈਂ ਕੀ ਬਣਾ ਦੋ ਮੇਰੀ ਮਾਂ ਚਮਚ ਇਹਦੇ ਚਮਚ ਦੇ ਤਾਂ ਜਿਹੜੇ ਹੋਣੇ ਸੀਗੇ ਪੱਲੂ ਨੇ ਸਾੜਨਾ ਸੀ ਆਪਣਾ ਹੱਥ ਇਸ ਕਰਕੇ ਮੈਂ ਕਿਹਾ ਤੂੰ ਪਾਸੇ ਹੋ ਮੈਂ ਤੈਨੂੰ ਦਿੰਨੀ ਬਣਾ ਕੇ ਆ ਬਣ ਗਈ ਮੇਰੀ ਮੈਗੀ ਸੂਪੀ ਮੈਗੀ ਖਾਣੀ ਮੈਂ ਆਲੇ ਮੇਰਾ ਚਮਚਾ ਕੋਈ ਨੇ ਵੀ ਚਮਚੀ ਕਰ ਲਈ ਕੋਈ ਨਹੀਂ ਪਾਪਾ ਨਹੀਂ ਪਾਪਾ ਬਹੁਤ ਹੀ ਬੈਠ ਲੈਂਦੇ ਆ ਨਹੀਂ ਪਾਪਾ ਨੇ ਵੀ ਚੁੱਕ ਆਪਾਂ ਇੱਕ ਵਾਈਟ ਆ ਸਿਰਫ ਇੱਕ ਮੈਗੀ ਦਾ ਪਾਪਾ ਬਸ ਇੱਕ ਮੈਗੀ ਦਾ ਪੱਲੂ ਦੀ ਮੈਗੀ ਨੂੰ ਤਗੜਾ ਵੱਜ ਗਿਆ ਹੋਰ ਇੱਕ ਪੈਕੇਟ ਤਾਂ ਹੈਗਾ ਆ ਤੂੰ ਭੈਣ ਭਰਾ ਹੁਣ ਨੀ ਮੈਂ ਦੇਣੀ ਮੇਰੀ ਮੈਗੀ ਬਣ ਚੁੱਕੀ ਹੁਣ ਮੈਂ ਗੱਲ ਨਹੀਂ ਖਾਊਂਗੀ ਚੱਲੇ ਹੁਣ ਆਪਾਂ ਸਾਰੇ ਜਾਣੇ ਤੇ ਚੱਲੇ ਕਿੱਥੇ ਆ ਕੁਛ ਨੀ ਪਤਾ ਕਿਸੇ ਨੂੰ ਕਿੱਥੇ ਚੱਲੇ ਆ ਤੇ ਬਸ ਚੱਲੇ ਆ ਹੁਣ ਬਸ ਚਲੋ ਚਲੋ ਘਰੋਂ ਕੱਢਿਆ ਸਭ ਨੇ ਦੋ ਵੱਜ ਗਿਆ ਦੇ ਲੋ ਇਹ ਤੇ ਜਾਣ ਦਾ ਬਿਲਕੁਲ ਨਾਮੋ ਨਿਸ਼ਾਨ ਹੈ ਨੀ ਗਾ ਦਸ ਵਜੇ ਜਾਣ ਦੇ ਆ ਘੁੰਮਣ ਆਏ ਆ ਰੈਸਟ ਕਰਨ ਆਏ ਆ ਰੈਸਟ ਕਰਦੇ ਪਏ ਆ ਘੁੰਮ ਲਾਂਗੇ ਸਾਰੀ ਰਾਤ ਸਾਰਾ ਰੈਸਟ ਕਰਨ ਆਏ ਆ ਸ਼ਿਮਲੇ ਏਡਾ ਮਹਿੰਗਾ ਕੰਮ ਕਰਕੇ ਰੈਸਟ ਕਰਨ ਆਏ ਆ ਚਲੋ ਚਲੀਏ ਯਾਰ ਚਲੋ ਚਲੀਏ ਚਲੋ ਬਸ ਹੋ ਗਈ ਤਿਆਰੀ ਕਰੋ ਚਲੋ ਚਲੋ ਗੁਫਾ ਸੁਰੰਗ ਪਤਾ ਨੀ ਕਹਿੰਦਾ ਬਹੁਤ ਖੜਕਾ ਤਾ ਬਾਹਰ ਆ ਗਈ ਇਧਰ ਨੂੰ ਜਾਣਾ ਆਇਓ 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 ਪਿੰਡ
ਵਿਊ ਚੈੱਕ ਕਰੋ ਇੱਧਰ ਫੇਰ ਆਉਣ ਜਾ ਰਹੇ ਹਾਂ ਇੱਥੋਂ ਦੀ ਕਾਫੀ ਦੂਰ ਅੱਡੇ ਤੱਕ ਤੁਰ ਕੇ ਤੇ ਉੱਥੇ ਜਾ ਕੇ ਸਾਨੂੰ ਮਿਲਣੇ ਆ ਮੋਟਰਸਾਈਕਲ ਵਗੈਰਾ ਤੇ ਸਕੂਟਰ ਵਗੈਰਾ ਤੇ ਐਕਟਿਵਾ ਦਾ ਕਿਰਾਇਆ ਹੈਗਾ 700 ਰੁਪਇਆ ਤੇ ਬੁਲਟ ਵਗੈਰਾ ਲੈਣਾ ਹੋਵੇ ਜਿਹਨੇ ਉਹਦਾ ਹੈਗਾ 1200 ਰੁਪਇਆ ਤੇ ਹੁਣ ਜਾ ਕੇ ਦੇਖਦੇ ਕੀ ਲੈਂਦੇ ਹਾਂ ਦੋ ਐਕਟਿਵਾ ਤੇ ਇੱਕ ਬੁਲਟ ਲਵਾਂਗੇ ਆਪਾਂ ਜਿਹੜਾ ਫਲੈਟ ਲਿਆ ਸੀਗਾ ਤੇ ਉਹ ਹੈਗਾ ਵਾ 12000 ਰੁਪਏ ਦਾ ਤੇ ਕਾਫੀ ਵਧੀਆ ਮਿਲ ਗਿਆ ਆਪਾਂ ਨੂੰ ਫਲੈਟ ਨਵੇਂ ਚੈੱਕ ਕਰੋ ਕਿੰਨਾ ਵਧੀਆ ਲੱਗਣ ਦਿਆ ਦੇਖੋ ਕਿੰਨੀ ਅੱਗੇ ਸਾਰਾ ਤੁਰ ਕੇ ਜਾਣਾ ਪੈਣਾ ਆਪਾਂ ਨੂੰ ਏਡੀ ਦੂਰ ਤੱਕ ਇੱਧਰ ਚੈੱਕ ਕਰੋ ਅਪਾਰਟਮੈਂਟ ਪਿੰਨੀ ਤੋਂ ਪਤਾ ਲੱਗਣਾ ਉਹਦੇ ਕੀ ਕਰਦੇ ਸ਼ਿਮਲੇ ਨਹੀਂ ਗਏ ਸ਼ਿਮਲੇ ਤੋਂ ਥੋੜਾ ਪਿੱਛੇ ਹੀ ਆ ਹਜੇ ਸ਼ਿਮਲੇ ਆਪਾਂ ਜਾਣਾ ਆ ਹਜੇ ਤੇ ਪਿੱਛੇ ਇੱਕ ਪਿੰਡ ਆ ਜਤੁੰਗਾ ਚਤੁੰਗਾ ਏਦਾਂ ਕੁਛ ਨਾ ਆਇਆ ਉਹਦਾ ਕੀ ਨਾਂ ਸੀਗਾ ਓਏ ਪਿੰਡ ਦਾ ਜਤੁੰਗਾ ਅੱਛਾ ਜਤੋਂਗ ਨਾ ਆਇਆ ਉੱਥੇ ਆਪਾਂ ਇਸ ਟਾਈਮ ਹੈਗੇ ਆ ਸ਼ਿਮਲੇ ਤੋਂ ਥੋੜ੍ਹਾ ਹੀ ਦੂਰ ਆ ਬਾਂਦਰ ਨਿਗਾ ਮੈਂ ਰਸਤਾ ਆ ਮੈਂ ਰੱਸੇ ਥਾਣੀ ਆਇਆ ਉੱਪਰ ਜਾ ਕੇ ਦੇਖਦੇ ਆਪਾਂ ਕੀ ਹੈਗਾ ਵਾ ਪਤਾ ਨਹੀਂ ਕੀ ਆ ਵਾਪਸ ਚੱਲਦੇ ਹਾਂ ਆਇਆ ਵੀ ਡਿੱਗੂੰਗਾ ਮੈਂ ਇੱਥੋਂ ਫੋਟੋ ਖਿੱਚਣੀ ਚੈੱਕ ਕਰੋ ਜੀ ਉੱਥੇ ਚੜ੍ਹਨਾ ਪਵੇ ਫੇਰ ਕਿੱਡੀ ਉੱਚੀ ਚੜ੍ਹਾਈ ਆ ਬੱਸ ਹੋ ਜਾਣੀ ਬੰਦੇ ਦੀ ਉੱਦਾਂ ਹੀ ਹਾਏ ਇੱਧਰ ਥੱਲੇ ਨੂੰ ਚੱਲੀ ਆ ਕਰਿਓ ਕਰਿਓ ਬਾਂਦਰ ਲਾਪੇ ਕਿੱਦੇ ਆ ਕਰਦੇ ਗੇ ਡਾਂਸ ਗੁਰਦੁਆਰਾ ਵਾਹਿਗੁਰੂ ਬਾਬਾ ਬਾਬਾ ਜੀ ਚੈੱਕ ਕਰੋ ਕਿੰਨੇ ਵਧੀਆ ਵਧੀਆ ਲਟਕਾਏ ਹੋਏ ਇੱਥੇ ਆ ਪਤਾ ਨੀ ਕੀ ਘੌਂਸਲੇ ਜੇ ਆ ਘੌਂਸਲੇ ਜੇ ਆ ਚਲ ਜੋ ਵੀ ਆ ਗਮਲੇ ਗੁਮਲੇ ਲੈ ਲੋ ਕਿੱਧਰ ਲੁਕੀ ਜਾਂਦੇ ਆ ਸਾਨੂੰ ਪਤਾ ਨੀ ਲੱਗਦਾ ਸਾਡੀਆਂ ਬਾਜ਼ਾਰ ਦੀਆਂ ਅੱਖਾਂ ਆ ਸਾਡੀਆਂ ਬਾਜ਼ਾਰ ਦੀਆਂ ਅੱਖਾਂ ਆ ਇੱਦਾਂ ਹੀ ਆ ਫਿਰ ਪਿੱਛੋਂ ਆ ਗਿਆ ਕਹਿੰਦੇ ਬੰਦਰ ਆ ਗਏ ਫਿਊਜ਼ ਲੈ ਲਈ ਫਿਊਜ਼ ਸਾਰਾ ਲਈ ਇੱਕ ਇੱਕ ਚਲੋ ਤੇਰੀਆਂ ਦੋ ਆ ਤੇ ਬਾਕੀ ਬੰਦੇ ਕਿੱਥੇ ਗਏ ਸਿਲੰਡਰ ਲੈ ਜਾਓ ਇੱਥੋਂ ਬਾਕੀ ਬੰਦੇ ਕਿੱਥੇ ਗਏ ਬੰਦੇ ਗਾਇਬ ਹੋ ਗਏ ਯਾਰ ਇੱਧਰ ਇੱਧਰ ਨੂੰ ਗਏ ਆਂਟੀ ਕਹਿੰਦੇ ਉਹ ਦੇਖੋ ਲੁਕਣ ਮੀਚੇ ਖੇਡਣ ਦੇ ਉਹ ਦੇਖੋ ਲੱਭ ਗਏ ਕੁੱਤਾ
ਭੇੜੀਆ ਭੇੜੀਆ ਓਏ ਇਹ ਭੇੜੀਆ ਫੇਰੇ ਸਾਡੇ ਨਾਲ ਤੁਰਿਆ ਜਾਂਦਾ ਇਹ ਉਹ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਉਹ ਦੇਖਣ ਲੱਗ ਗਿਆ ਓਏ ਭੌਂਕਣਾ ਨਹੀਂ ਹੈਗਾ ਮੈਂ ਮਹਿਮਾਨ ਆਏ ਤੁਹਾਡੇ 'ਤੇ ਆ ਜਾ ਕਰੋ ਇਹ ਮੋਟੀ ਹੋ ਗਈ ਬਿੰਗੀ ਹੋ ਗਈ ਬਿੰਗੀ ਹੋ ਗਈ ਕੋਈ ਦੋ ਦੋ ਹੋ ਗਈ ਉਹ ਬਾਂਦਰ ਉਹ ਦੇਖੋ ਨਿਗਾਹ ਜਾ ਆਪਣੀ ਘਰ ਵਾਲੀ ਜਾਓ ਜਾਓ ਖਿੱਚ ਲੋ ਫੜ ਕੇ ਦੇਖੋ ਵੀਰੇ ਦੋਨਾਂ ਨਾਲ ਰੋੜੇ ਜਾਏ ਮੱਛੀ ਨੂੰ ਆਜੋ ਆਜੋ ਸ਼ਿਮਲਾ ਉਧਰ ਨੂੰ ਆ ਕਹਿੰਦਾ ਕਹਿੰਦਾ ਆਰੋ ਸ਼ਿਮਲਾ ਲੰਗੂਰ ਕਿੱਥੇ ਆ ਨਹੀਂ ਕੁਛ ਕਹਿੰਦੇ ਲੰਗੂਰ ਰਕਤਦਾਨ ਕਰੇ ਮੈਂ ਵੀ ਆ ਗਿਆ ਤੁਹਾਡੇ ਨਾਲ ਕੀ ਹੋਣਾ ਝਰਨਾ ਆਹੋ ਝਰਨਾ ਹੋਣਾ ਇੱਥੇ ਸ਼ਿਮਲੇ ਵੱਲ ਨੂੰ ਤੇ ਬਾਈਕ ਵਗੈਰਾ ਲੈਣੇ ਪਏ ਰੈਂਟ ਤੇ ਫਿਰ ਇਹਨਾਂ ਨੂੰ ਵਾਪਸ ਲੈ ਆਉਣਾ ਪੈਣਾ ਕਿੱਡੀ ਦੂਰ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ